अदरक का पता किया दुकान तो अदरक नहीं लगा है क्योंकि कहते खत्म हो गया वा तो फिर क्योंकि हजे भूक ही छोटिया वा लसन दया तो इस वास्ते फिर भूक नहीं तोड़िया कला सिर्फ मैं फिर ना प्याज पा के साग तुड़का नहीं उगली क्या रही जो एंड तो ਜਿਹੜੀ ਉਰਲੀ ਉਰਲੀ ਕਹਿ ਰਹੀ ਨਹੀਂ ਨਹੀਂ ਫਿਰ ਲਸਣ ਨਹੀਂ ਨਾ ਮੋਟਾ ਹੁੰਦਾ ਨਹੀਂ ਉਹਦੇ ਸਾੜਾਂ ਤੇ ਦੋ ਚਾਰ ਭੁੱਕਾ ਤੋੜ ਲਓ ਕੁਛ ਨਹੀਂ ਦੋ ਚਾਰ ਭੁੱਕਾ ਤੇ ਆਟਾ ਲੱਗੀ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਕਿ ਸਭ ਤੋਂ ਪਹਿਲਾਂ ਆਟਾ ਗੁੰਨ ਲਵਾਂ ਕਿਉਂਕਿ ਸਾਗ ਤੇ ਮਿਰਚ ਤੁੜ ਕੇ ਜਾਣਾ ਆਟਾ ਗੁੰਨ ਕੇ ਰੱਖ ਲਵਾਂ ਫਿਰ ਸਾਗ ਤੁੜ ਕੇ ਬਣਾ ਲਈ ਰੋਟੀ ਬਣਾ ਲਵਾਂਗੀ ਲੱਤ ਸ਼ੋਸ ਦੇ ਪਾਪਾ ਹੁਣਾਂ ਨੇ ਕੈਮਰਾ ਫੜਿਆ ਹੋਇਆ ਹੈ आगे शेव करवा के हां जी हां जी अच्छा जी केड़े वक्त ना खलाया शेव करवा टाइम नहीं लगदा ऐसे तो की करिए ये तो ब्रीक मशीन करवाया है तुसी ब्रीक किथे ओदा जिनी आगे होंदी होनी किथों ब्रीक करवा के असला ही ਬਸ ਬੰਦਾ ਆਪਣੇ ਆਪ ਚ ਰਵੇ ਚੰਗਾ ਸਾਨੂੰ ਮੁੱਛਾਂ ਨੂੰ ਨਹੀਂ ਲੋੜਿਆ ਬਸ ਜਿੰਨਾ ਕੀ ਹਿਸਾਬ ਹੈ ਨਾ ਓਨਾ ਕੀ ਬੜਾ ਜਿਹੜਾ ਮਰਜ਼ੀ ਆ ਜੀ ਘਿਓ ਗਰਮ ਹੋ ਗਿਆ ਤੇ ਹੁਣ ਪਾ ਲਵਾਂ ਜੀ ਪਿਆਜ਼ ਕਿਉਂਕਿ ਅਦਰਕ ਨਾਲ ਸਾਗ ਹੁੰਦਾ ਵਾ ਅਦਰਕ ਨਾਲ ਇੰਨਾ ਕਿ ਜ਼ਬਰਦਸਤ ਤੁੜਕ ਹੁੰਦਾ ਨਾ ਸਾਗ ਅਦਰਕ ਲੱਭਾ ਹੀ ਨਹੀਂ ਹੈਗਾ ਦੁਕਾਨ ਤੇ ਕਿਉਂਕਿ ਸਬਜ਼ੀ ਰੱਖ ਰਹੇ ਆ ਅਤੇ ਸਬਜ਼ੀ ਦੇ ਨਾਲ ਲਿਆਉਂਦੇ ਕਹਿੰਦੇ ਖਤਮ ਹੋ ਗਿਆ ਚਲੋ ਮੈਂ ਕਿਹਾ ਇਕੱਲਾ ਪਿਆਜ਼ ਪਾ ਕੇ ਸਾਗ ਤੁੜਕੋ ਅੱਜ ਅਲਾ ਤਾਂ ਤੰਦਰੁਸਤੀ ਦੇਵੇ ਸਿਹਤ ਦੇਵੇ ਮੇਰੀ ਮਾਂ ਨੂੰ ਦੇਖੋ ਮੇਰੀ ਮਾਂ ਨੇ ਪਕਾਇਆ ਮਾਸ਼ਾ ਡੱਬਾ ਭਰ ਕੇ ਮੈਨੂੰ ਵੀ ਖਿਲਾਇਆ ਮੇਰੀ ਧੀ ਵੀ ਖਾਵੇ ਦੇਖੋ ਜੀ ਬੋਲ ਭਰ ਕੇ ਮਾਸ਼ਾ ਸਾਗ ਦਾ ਖਿਲਾਇਆ ਮੇਰੀ ਮਾਂ ਨੇ ਮੈਨੂੰ ਅੱਲਾ ਅੱਲਾ ਤੰਦਰੁਸਤੀ ਦੇਵੇ ਸਿਹਤ ਦੇਵੇ ਜ਼ਿੰਦਗੀ ਕਰੇ ਮੇਰੀ ਮਾਂ ਦੀ ਸਿਆਣੇ ਕਹਿੰਦੇ ਮਾਵਾਂ ਹੋਣ ਅਤੇ ਸਿਹਾਂ ਦਾ ਕਰਨ
अच्छा जी साग थोड़ा करा के आई हैं ते हुण लगी हैं रोटी बनान नाल दे अपने मसाया घर आ मेरा घर आ मेरा नाल दे मसाया दा घर आ जी नाल दे मसाया घर लगी हैं बनान क्योंकि मैं इधर ही लानी हैं रोटी ते कर लवां सब तो पहला हैगी पीली हैगी शुक्रिया वो भी माड़ी जी नहीं देरी शायद जल जाए क्योंकि तभी तो रोटी लाता है फायदा रोटी छेती लग जाती है सब तो पहला नहीं अग जा ली है तभी गर्म होगी तो फिर पावे रोटी उत्ते जी रोटी पका के आ गई है घर ते हुण लगी है जे रोटी खान असीं हां ते असीं कोलियां च कोणी साग पाया है घर रोटी ते ला के साग खान दा अपना मजा देखो कहता रोटी च नु साग को ते मैं कहा खा के ना यार आ दे क्योंकि बहुत मजेदार लगदी रोटी साग मतलब सुक्का साग लन जेड़ा भी ना रोटी दे उपर ला के खाओ ते चलो कोई नहीं तो करे क्या है खाल के दूध बनाया मैंने मजा है ना जिस बयान पे नहीं खाना थे आजो पता हो रहा परा पाग पकाने अच्छा जी शुरुआत दे काम में देखो इन्होंने यूनिफॉर्म की शर्ट नहीं लाई हैगी शर्ट ओदा ही हम तक पाई 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 ਕਹਿੰਦਾ ਕਿਹੜਾ ਸਕੂਲ ਜਾਣਾ ਸੁਬਹ ਨਾ ਤੇ ਸਕੂਲੋਂ ਆਇਆ ਫੇਰ ਹਾਂਜੀ ਸਕੂਲੋਂ ਆਣ ਕੇ ਵਰਦੀ ਲਾ ਕੱਪੜੇ ਪਾਏ ਮਜ਼ਦਾ ਨਾ ਸਾਗ ਬਹੁਤ ਜ਼ਬਰਦਸਤ ਮੇਰੀ ਮਾਂ ਨੇ ਸਾਗ ਪਾਇਆ ਫੇ ਮਾਂ ਦਾ ਹੱਥ ਦਾ ਜ਼ਾਇਕਾ ਤੇ ਫੇ ਮਾਂ ਮਾਂ ਦਾ ਹੀ ਰਹਾ ਨਾਲੇ ਆਪਾਂ ਨੂੰ ਕੰਮ ਨਹੀਂ ਨਾ ਕਰਨਾ ਪਿਆ ਮਜ਼ੇ ਦਾ ਜ਼ਾਇਕਾ ਰਹਿਣਾ ਇਹ ਤੇ ਹੈ ਬਸ ਇਹ ਤੇ ਮਿਹਨਤ ਹੁੰਦੀ ਹੈ ਬਹੁਤ ਮਿਹਨਤ ਦੋ ਦਿਨ ਲੱਗ ਜਾਂਦੇ ਸਾਗ ਪਕਾਉਂਦਿਆਂ ਪਕਾਉਂਦਿਆਂ